ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਨਾਮ ਕੀ ਆ? ਮੇਰਾ ਨਾਮ ਸ਼ਮਸ਼ੇਰ ਸਿੰਘ ਹੈ ਜੀ। ਅਤੇ ਤੁਸੀਂ ਕਿਹੜੇ ਗੁਰਦੁਆਰੇ ਤੋਂ ਆਏ? ਮੈਂ ਕੈਨੇਡਾ ਤੋਂ ਜੀ। ਠੀਕ ਹੈ। ਅਸੀਂ ਅੱਜ ਕਿਉਂ ਆਏ ਸਟੇਟ ਪਾਰਲੀਮੈਂਟ 'ਤੇ? ਅਸੀਂ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਸਤੇ ਇੱਥੇ ਪਹੁੰਚੇ ਹਾਂ ਜੀ। ਠੀਕ ਹੈ। ਸਾਡਾ ਅਸੀਂ ਇੱਥੇ ਸਟੇਟ ਹਾਊਸ 'ਤੇ ਕਿਉਂ ਆਏ? ਮੈਂ ਤੁਹਾਡਾ ਸਵਾਲ ਸਮਝ ਆਇਆ ਨਹੀਂ ਜੀ। ਮੈਂ ਤੁਹਾਡਾ ਸਵਾਲ ਸਮਝ ਆਇਆ ਨਹੀਂ, ਦੁਬਾਰਾ ਕਰੋ। ਅਸੀਂ ਕਿਉਂ ਆਏ ਇੱਥੇ ਸਟੇਟ ਹਾਊਸ 'ਤੇ? ਅਸੀਂ ਕੈਨੇਡਾ ਤੋਂ ਬਾਈ ਕਾਰ ਆਏ ਹਾਂ ਜੀ। ਠੀਕ ਹੈ। ਹਾਂਜੀ। ਅਤੇ ਸਾਡਾ ਗੋਲ ਕੀ ਆ ਅੱਜ ਸਟੇਟ ਹਾਊਸ ਵਿੱਚ? ਸਾਡਾ ਗੋਲ ਇਹ ਆ ਕਿ ਅਸੀਂ ਸੰਸਾਰ ਦੇ ਲੋਕਾਂ ਨੂੰ ਸਰਬੱਤ ਦੇ ਭਲੇ ਦੀ ਸੰਦੇਸ਼ ਦੇਣ ਆਏ ਹਾਂ। ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਹੈ ਸੰਸਾਰ ਦੇ ਵਿੱਚ, ਸਿੱਖ ਚਾਹੁੰਦੇ ਨੇ ਗੁਰਬਾਣੀ ਦੇ ਅਨੁਸਾਰ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿੱਤ ਦੁਆਰਾ ਉਭਰੈ ਤਿੱਤੇ ਲਿਹੋ ਉਭਾਰ। ਸਾਡਾ ਮਿਸ਼ਨ ਇਹ ਹੈ ਕਿ ਅਸੀਂ ਸੰਸਾਰ ਨੂੰ ਇੱਕ ਐਸਾ ਸੁਨੇਹਾ ਦੇਈਏ ਗੁਰਬਾਣੀ ਦੇ ਆਸ਼ੇ ਅਨੁਸਾਰ, ਤਾਂ ਕਿ ਸੰਸਾਰ ਵਿੱਚ ਇਕੁਆਲਿਟੀ ਹੋਵੇ, ਇਕਸਾਰਤਾ ਹੋਵੇ, ਇੱਕ ਦੂਜਾ ਸਨਮਾਨ ਹੋਵੇ, ਕਿਸੇ ਦੇ ਜ਼ਿਆਤੀ ਨਾ ਕੀਤੀ ਹੈ, ਜ਼ੁਲਮ ਨਾ ਹੋਵੇ। ਸਰਬੱਤ ਦਾ ਭਲਾ ਇਹੀ ਮੰਗ ਕਰਦਾ ਕਿ ਅਸੀਂ ਸਾਰੇ ਇਕਸਾਰ ਇੱਕ ਸੁਰ ਬਣ ਕੇ ਰਹੀਏ, ਅਤੇ ਸੰਸਾਰ ਤਾਂ ਹੀ ਇਹ ਆਪਣੇ ਅਸਲ ਮੋਟੇ ਵਿੱਚ ਸਫਲ ਹੋ ਸਕਦਾ। ਫਿਰ ਕੈਨੇਡਾ ਵਿੱਚ ਇਹ ਵਾਲੀ ਚੀਜ਼ਾਂ ਵੀ ਹੈਗੀਆਂ ਇੱਥੇ? ਬੇਟਾ ਤੁਹਾਡੇ ਸਵਾਲ ਕਿਹੋ ਜਿਹੇ ਸਵਾਲ ਕਰੋ ਤੁਸੀਂ, ਜਿਹੜਾ ਕਰਨ ਵਾਲਾ ਸਵਾਲ ਹੈ। ਕੈਨੇਡਾ ਵਿੱਚ ਇਹ ਵਾਲੀ, ਕੈਨੇਡਾ ਵਿੱਚ ਸਟੇਟ ਹਾਊਸ ਦੇ ਵਿੱਚ ਗਵਰਨਮੈਂਟ ਦੇ ਨਾਲ ਇਹ ਸਿੱਖਾਂ ਨੇ ਗੱਲ ਕਰਦੇ ਹਾਂ ਲੀਡਰਾਂ ਨੇ? ਅਸੀਂ ਆਪਣੀ ਸਰਕਾਰ ਨਾਲ ਅਨੇਕਾਂ ਵਾਰ ਗੱਲ ਕਰਦੇ ਹਾਂ। ਸਾਡੇ ਉੱਥੇ ਵਿਸਾਖੀ ਦਿਨ 'ਤੇ ਅਸੀਂ ਆਪਣੀ ਗੌਰਮੈਂਟ ਨੂੰ ਸਿੱਖ ਕੌਮ ਦੇ ਬਾਰੇ ਦੱਸਦੇ ਹਾਂ। ਉਹ ਸਾਡੇ ਕੋਲ ਜਿਹੜੇ ਐੱਮ ਪੀ ਨੇ, ਸਾਡੇ ਪ੍ਰਾਈਮ ਮਿਨਿਸਟਰ ਨੇ, ਸਾਡੀ ਸਾਨੂੰ ਜਾਣਦੇ ਨੇ ਕਿ ਸਿੱਖ ਕੌਮ ਕੀ ਹੈ। ਇਸ ਕਰਕੇ ਸਿੱਖ ਪਾਰਲੀਮੈਂਟ ਵਿੱਚ ਸਾਡੇ ਕਾਫੀ ਮੈਂਬਰ ਵੀ ਨੇ ਪਾਰਲੀਮੈਂਟ ਦੇ, ਮਿਨਿਸਟਰ ਵੀ ਨੇ। ਇਹ ਤੁਹਾਨੂੰ ਪਤਾ ਹੋਣਾ, ਸਾਡੇ ਕੈਨੇਡਾ ਦਾ ਡਿਫੈਂਸ ਮਿਨਿਸਟਰ ਜਿਹੜਾ ਸਰਦਾਰ ਹਰਜੀਤ ਸਿੰਘ ਸੱਜਣ, ਇੱਕ ਸਿੱਖ ਅੰਮ੍ਰਿਤਧਾਰੀ ਗੁਰ ਸਿੱਖ ਹੈ। ਤੁਹਾਡੇ ਇੰਟਰਵਿਊ ਵਾਸਤੇ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।